ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਗੁੱਡ ਮੋਰਨਿੰਗ। ਹੋਰ ਫਰੈਂਡਸ, ਕੀ ਹਾਲ ਚਾਲ ਨੇ ਸਾਰਿਆਂ ਦੇ? ਫਰੈਂਡਸ, ਅੱਜ ਮੈਂ ਜਾ ਰਹੀ ਸੀਗੀ ਨਾਭੇ, ਥੋੜ੍ਹਾ ਜਿਹਾ ਕੰਮ ਸੀਗਾ ਅੱਜ ਸਾਨੂੰ, ਔਰ ਕੁਛ ਰਾਸ਼ਨ ਦਾ ਵੀ ਥੋੜ੍ਹਾ ਜਿਹਾ ਸਮਾਨ ਲੈ ਕੇ ਆਉਣਾ ਸੀ। ਅਤੇ ਅਸੀਂ ਬਸ ਮੋਰਨਿੰਗ ਦੇ ਵਿੱਚ ਜਲਦੀ ਚਲੇ ਗਏ ਸੀ, ਕਿਉਂਕਿ ਹੁਣ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਦੁਕਾਨਾਂ ਖੁੱਲਦੀਆਂ ਨੇ, ਅਤੇ ਇਹ ਸੰਡੇ ਨੂੰ ਅਸੀਂ ਗਏ ਸੀਗੇ। ਫਰੈਂਡਸ, ਇਹ ਨਾਭਾ ਸ਼ਹਿਰ ਸਟਾਰਟ ਹੋਣ ਤੋਂ ਪਹਿਲੇ ਇੱਕ ਜੰਗਲ ਜਿਹਾ ਆਉਂਦਾ ਹੈ, ਜਿਸਨੂੰ ਬੀੜ ਕਹਿੰਦੇ ਨੇ। ਕਾਫੀ ਉੱਥੇ ਬੰਦਰ ਬੈਠੇ ਹੋਏ ਸੀਗੇ, ਅਤੇ ਇੱਕ ਇਹ ਸਕੂਲ ਹੈ, ਪੰਜਾਬ ਪਬਲਿਕ ਸਕੂਲ, PPS, ਕਾਫੀ ਅੱਛਾ ਸਕੂਲ ਹੈ। ਅਤੇ ਲਓ ਜੀ, ਹੁਣ ਸਾਡੀ ਐਂਟਰੀ ਹੋ ਗਈ ਹੈ ਨਾਭਾ ਸ਼ਹਿਰ ਦੇ ਵਿੱਚ। ਅਤੇ ਨਾਭਾ ਸ਼ਹਿਰ ਬਿਲਕੁਲ ਹੀ ਬੰਦ ਸੀ ਉਸ ਦਿਨ, ਪਤਾ ਨਹੀਂ ਸ਼ਾਇਦ ਸੰਡੇ ਸੀ ਇਸ ਲਈ ਦੁਕਾਨਾਂ ਨਹੀਂ ਖੁੱਲੀਆਂ। ਵੈਸੇ ਤਾਂ ਕਹਿ ਰਹੇ ਸੀ ਕਿ ਸ਼ੋਪਸ 9 ਵਜੇ ਤੋਂ ਲੈ ਕੇ 11 ਵਜੇ ਤੱਕ ਖੁੱਲਦੀਆਂ ਨੇ, ਔਰ ਇੱਥੇ ਈਜ਼ੀ ਡੇ ਵੀ ਹੈਗੇ ਸੀਗੇ 2, ਉਹ ਵੀ ਅੱਧੇ ਖੁੱਲ੍ਹੇ ਸੀ, ਮਤਲਬ ਕਿ ਸਿਰਫ ਇੱਕ ਜਣੇ ਨੂੰ ਹੀ ਅੰਦਰ ਜਾਣ ਦਿੰਦੇ ਸੀ, ਔਰ ਫਿਰ 10-15 ਮਿੰਟ ਬਾਅਦ ਫਿਰ ਦੂਸਰਾ ਕਸਟਮਰ ਅੰਦਰ ਜਾਂਦਾ ਸੀਗਾ। ਔਰ ਇੱਕ ਇਹ ਵਾਲਾ ਈਜ਼ੀ ਡੇ ਛੋਟਾ ਜਿਹਾ, ਇਹ ਦੁਬਾਰਾ ਤੋਂ ਇੱਥੇ ਓਪਨ ਹੋ ਗਿਆ, ਪਹਿਲੇ ਬੰਦ ਹੋ ਗਿਆ ਸੀਗਾ, ਔਰ ਇੱਥੇ ਵੀ ਇਹਨਾਂ ਨੇ ਮਨ੍ਹਾ ਕਰਤਾ ਵੀ ਹਾਲੀ ਨਹੀਂ, ਐਂਟਰੀ ਨਹੀਂ ਹੈਗੀ। ਫਿਰ ਅਸੀਂ ਦੁਬਾਰਾ ਫਿਰ ਪਿੱਛੇ ਚਲੇ ਗਏ, ਅਤੇ ਇਹ ਹੁਣ ਇੱਥੋਂ ਅਸੀਂ ਇੱਕ ਰੇਹੜੀ ਤੋਂ ਹੀ ਬਸ ਥੋੜ੍ਹੀ ਜਿਹੀ ਸਬਜ਼ੀ ਵਗੈਰਾ ਲੈ ਲਈ ਸੀਗੀ। ਬਹੁਤ ਮੁਸ਼ਕਿਲ ਹੋ ਰਹੀ ਸੀ ਉਸ ਦਿਨ, ਕੁਛ ਵੀ ਨਹੀਂ ਸੀ ਮਿਲ ਰਿਹਾ, ਅਤੇ ਬਸ ਇੱਕ ਥੋੜ੍ਹੀ ਬਹੁਤ ਜੋ ਵੀ ਚੀਜ਼ਾਂ ਸਾਨੂੰ ਮਿਲੀਆਂ ਅਸੀਂ ਲੈ ਕੇ, ਅਤੇ ਫਿਰ ਇਹ ਵਾਪਿਸ ਜਾ ਰਹੇ ਹਾਂ। ਇਹ ਸਾਡਾ ਸਬਜ਼ੀ ਵਾਲਾ ਹੈ, ਜੋ ਕਿ ਸਾਨੂੰ ਰੋਜ਼ ਪਿੰਡ ਵਿੱਚ ਆ ਕੇ ਸਬਜ਼ੀ ਦੇ ਕੇ ਜਾਂਦਾ। ਲਓ ਜੀ, ਹੁਣ ਮੈਂ ਆ ਗਈ ਹਾਂ ਕਿਚਨ ਦੇ ਵਿੱਚ, ਔਰ ਅੱਜ ਮੈਂ ਬਣਾ ਰਹੀ ਹਾਂ ਸ਼ਾਹੀ ਪਨੀਰ। ਸਭ ਤੋਂ ਪਹਿਲੇ ਮੈਂ ਤੇਲ ਗਰਮ ਕਰ ਲਿਆ, ਔਰ ਉਸ ਤੋਂ ਬਾਅਦ ਮੈਂ ਪਾਏ ਨੇ ਆ ਸਾਰੇ ਖੜ੍ਹੇ ਮਸਾਲੇ। ਇਹਨਾਂ ਨੂੰ ਭੁੰਨਣ ਤੋਂ ਬਾਅਦ ਅਸੀਂ ਇਹਦੇ ਵਿੱਚ ਕੱਟੇ ਹੋਏ ਪਿਆਜ਼, ਟਮਾਟਰ ਅਤੇ ਕੁਝ 2-1 ਲਸਣ ਦੀ ਪੂਰੀ, ਵੈਸੇ ਛਿੱਲੀ ਸੀਗੀ ਮੈਂ ਉਹ, ਅਤੇ 1 ਲਸਣ ਅਤੇ ਹਰੀਆਂ ਮਿਰਚਾਂ। ਇਹਨਾਂ ਨੂੰ ਆਪਾਂ ਪਹਿਲੇ ਇੱਦਾਂ ਹੀ ਭੁੰਨ ਲੈਣਾ, ਕੋਈ ਨਮਕ ਮਿਰਚ ਨਹੀਂ ਪਾਉਣਾ, ਕੁਛ ਨਹੀਂ ਵਿੱਚ ਪਾਉਣਾ, ਬਸ ਹਲਕਾ ਜਿਹਾ ਐਵੇਂ ਹੀ ਭੁੰਨ ਲੈਣਾ। 2 ਕੁ ਮਿੰਟ ਵਾਸਤੇ ਮੈਂ ਇਹਨੂੰ ਪਲੇਟ ਢੱਕ ਕੇ ਵੀ ਭੁੰਨਾਂਗੀ, ਕਿਉਂਕਿ ਅਸੀਂ ਇਹਨੂੰ ਫਿਰ ਗ੍ਰਾਇੰਡ ਕਰਨਾ ਮਿਕਸੀ ਦੇ ਵਿੱਚ ਜਦੋਂ ਇਹ ਠੰਡਾ ਹੋ ਜਾਏਗਾ। ਅਤੇ ਬਸ ਇਹ 2 ਮਿੰਟ ਹੀ ਮੈਂ ਇਹਨੂੰ ਢੱਕਿਆ ਸੀਗਾ, ਔਰ ਵੀ ਬਸ ਟਮਾਟਰ ਗਲ ਜਾਣੇ ਚਾਹੀਦੇ ਨੇ, ਇਹ ਬਸ ਟਮਾਟਰ ਗਲਣ ਦਾ ਹੀ ਅਸੀਂ ਵੇਟ ਕਰਨਾ। ਅਤੇ ਇਸ ਤੋਂ ਬਾਅਦ ਇਹਨੂੰ ਠੰਡਾ ਕਰਕੇ ਅਤੇ ਫਿਰ ਅਸੀਂ ਇਹਨੂੰ ਗ੍ਰਾਇੰਡ ਕਰ ਲਾਂਗੇ ਮਿਕਸੀ ਦੇ ਵਿੱਚ। ਅਤੇ ਫਰੈਂਡਸ, ਇਹਦੇ 'ਚ ਮੈਂ ਥੋੜ੍ਹੇ ਜਿਹੇ ਕਾਜੂ ਵੀ ਪਾਏ ਸੀਗੇ, ਬਾਅਦ ਵਿੱਚ ਮੈਂ ਗ੍ਰਾਇੰਡ ਕਰ ਲਏ ਸੀ ਮਿਕਸੀ ਵਿੱਚ ਹੀ। ਅਤੇ ਹੁਣ ਆਪਾਂ ਫਿਰ ਕੜਾਹੀ ਦੇ ਵਿੱਚ ਤੇਲ ਪਾ ਲਿਆ, ਔਰ ਥੋੜ੍ਹਾ ਜਿਹਾ ਜੀਰਾ ਵੀ ਪਾਇਆ, ਅਤੇ ਹੁਣ ਇਹ ਸਾਰਾ ਮਸਾਲਾ ਕੜਾਹੀ ਦੇ ਵਿੱਚ ਅਸੀਂ ਪਾ ਦੇਵਾਂਗੇ। ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨ ਲੈਣਾ ਜਦੋਂ ਤੱਕ ਕਿ ਇਹਦਾ ਕਲਰ ਚੇਂਜ ਨਾ ਹੋ ਜਾਏ, ਇਹਨੂੰ ਚੰਗੀ ਤਰ੍ਹਾਂ ਭੁੰਨਣਾ ਹੈ। ਕਾਫੀ ਟੇਸਟੀ ਬਣਦਾ ਹੈ ਸ਼ਾਹੀ ਪਨੀਰ, ਔਰ ਅਸੀਂ ਵੈਸੇ ਜ਼ਿਆਦਾਤਰ ਅਯੋ ਨਾਭੇ ਗਏ ਸੀਗੇ, ਪਨੀਰ ਲੈਣ ਹੀ ਗਏ ਸੀ, ਔਰ ਕੁਛ ਹੋਰ ਵੀ ਕੰਮ ਹੈਗੇ ਸੀ 1-2। ਪਨੀਰ ਬੜੀ ਹੀ ਮੁਸ਼ਕਿਲ ਮਿਲਿਆ ਸੀਗਾ, ਕਾਫੀ ਦੁਕਾਨਾਂ ਵੇਖੀਆਂ, ਕੋਈ ਵੀ ਦੁਕਾਨ ਨਹੀਂ ਓਪਨ ਸੀਗੀ, ਔਰ ਕੋਈ ਰਾਸ਼ਨ ਦੀ ਦੁਕਾਨ ਵੀ ਓਪਨ ਨਹੀਂ ਹੈਗੀ ਸੀਗੀ। ਬਸ ਫਿਰ ਇੱਕ ਦੁੱਧ ਦੀ ਡੈਰੀ ਸੀਗੀ ਜਿੱਥੋਂ ਕਿ ਸਾਨੂੰ ਇਹ ਪਨੀਰ ਮਿਲ ਗਿਆ। ਅਤੇ ਹੁਣ ਮੈਂ ਇਹਦੇ ਵਿੱਚ ਪਾ ਰਹੀ ਹਾਂ ਮਸਾਲੇ। ਸਭ ਤੋਂ ਪਹਿਲੇ ਹਲਦੀ ਅਤੇ ਦੇਗੀ ਮਿਰਚ ਪਾਵਾਂਗੇ ਕਲਰ ਦੇਣ ਵਾਸਤੇ ਸਬਜ਼ੀ ਨੂੰ, ਅਤੇ ਲਾਲ ਮਿਰਚ, ਕਿਚਨ ਕਿੰਗ ਮਸਾਲਾ, ਔਰ ਹਲਕੀ ਜੀ ਹਿੰਗ ਵੀ ਪਾਵਾਂਗੇ। ਨਮਕ ਹਾਲੀ ਮੈਂ ਨਹੀਂ ਪਾ ਰਹੀ ਇਹਦੇ ਵਿੱਚ, ਨਮਕ ਆਪਾਂ ਬਿਲਕੁਲ ਐਂਡ 'ਤੇ ਜਾ ਕੇ ਪਾਵਾਂਗੇ। ਅਤੇ ਹੁਣ ਬਸ ਇਹਨੂੰ ਚੰਗੀ ਤਰ੍ਹਾਂ ਅਸੀਂ ਫਰਾਈ ਕਰ ਲੈਣਾ, ਇਹਦਾ ਕਲਰ ਅੱਛੀ ਤਰ੍ਹਾਂ ਬਦਲ ਜਾਣਾ ਚਾਹੀਦਾ, ਔਰ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣੀ ਸੀ, ਬਿਲਕੁਲ ਜਿੱਦਾਂ ਅਸੀਂ ਰੈਸਟੋਰੈਂਟ ਦੇ ਵਿੱਚ ਖਾਂਦੇ ਹਾਂ ਉਵੇਂ ਦਾ ਹੀ ਟੇਸਟ ਆ ਰਿਹਾ ਸੀ। ਅਤੇ ਹੁਣ ਮੈਂ ਇਹਦੇ ਵਿੱਚ 3 ਛੋਟੇ ਚਮਚ ਦੇਸੀ ਘਿਓ ਦੇ ਪਾਏ ਨੇ, ਕਿਉਂਕਿ ਮੇਰੇ ਕੋਲ ਮੱਖਣ ਵੀ ਨਹੀਂ ਹੈਗਾ ਸੀਗਾ,
ਅਤੇ ਨਾ ਹੀ ਇਸ ਟਾਈਮ ਕਰੀਮ ਹੈਗੀ ਸੀ, ਔਰ ਅੱਜ ਹੀ ਮੈਂ ਘਿਓ ਵੀ ਬਣਾਇਆ ਸੀਗਾ, ਸਵੇਰੇ ਹੀ ਘਿਓ ਬਣਾ ਲਿਆ ਸੀ। ਅਤੇ ਮੈਂ ਬਸ 4-5 ਦਿਨਾਂ ਬਾਅਦ ਹੀ ਮਲਾਈ ਇਕੱਠੀ ਕਰਕੇ ਅਤੇ ਬਸ ਉਨੇ ਕੁ ਹੀ ਘਿਓ ਬਣਾ ਦਿੰਦੇ ਹਾਂ, ਕਿਉਂਕਿ ਬੱਚੇ ਸਾਡੇ ਦੇਸੀ ਘਿਓ ਪਸੰਦ ਕਰਦੇ ਨੇ ਅਤੇ ਉਹ ਵੀ ਬਸ ਖਾ ਲੈਂਦੇ ਨੇ। ਅਤੇ ਹੁਣ ਇਹਦੇ 'ਚ ਮੈਂ ਥੋੜ੍ਹੀ ਜਿਹੀ ਪਾ ਰਹੀ ਹਾਂ ਸ਼ਿਮਲਾ ਮਿਰਚ, ਸਿਰਫ ਇੱਕ ਹੀ ਸ਼ਿਮਲਾ ਮਿਰਚ ਕੱਟੀ ਸੀਗੀ। ਇਹਦੇ ਨਾਲ ਬੜਾ ਹੀ ਵਧੀਆ ਥੋੜ੍ਹਾ ਜਿਹਾ ਕਲਰ ਅੱਛਾ ਲੱਗਦਾ ਹੈ ਸਬਜ਼ੀ ਦਾ, ਗ੍ਰੀਨ ਗ੍ਰੀਨ ਨਜ਼ਰ ਆਉਂਦੀ ਹੈ ਵਿੱਚ, ਅਤੇ ਕਾਫੀ ਟੇਸਟੀ ਬਣੀ ਸੀਗੀ ਸਬਜ਼ੀ, ਅਸੀਂ ਸਾਰਿਆਂ ਨੇ ਹੀ ਇੰਜੋਏ ਕੀਤਾ। ਜੀ ਤੜਕਾ ਆਪਣਾ ਭੁੰਨ ਲਿਆ ਅਤੇ ਹੁਣ ਇਹਦੇ 'ਚ ਮੈਂ ਥੋੜ੍ਹਾ ਜਿਹਾ ਪਾਣੀ ਪਾ ਲਿਆ ਸੀ ਅਤੇ ਪਾਣੀ ਪਾਉਣ ਤੋਂ ਬਾਅਦ ਮੈਂ ਇਹਦੇ 'ਚ ਨਮਕ ਪਾਇਆ। ਪਾਣੀ ਅਸੀਂ ਇਸ ਲਈ ਪਾਉਂਦੇ ਹਾਂ ਵੀ ਥੋੜ੍ਹਾ ਜਿਹਾ ਜਿਹੜੀ ਸ਼ਿਮਲਾ ਮਿਰਚ ਹੈ ਉਹ ਜਰਾ ਗਲ ਜਾਏ। ਅਤੇ ਬਸ ਪਾਣੀ ਵੈਸੇ ਥੋੜ੍ਹਾ ਜ਼ਿਆਦਾ ਹੀ ਪੈ ਗਿਆ ਸੀ ਮੇਰੇ ਕੋਲੋਂ, ਲੇਕਿਨ ਫਿਰ ਬਾਅਦ ਵਿੱਚੋਂ ਸੈੱਟ ਹੋ ਗਈ ਸੀ ਸਬਜ਼ੀ ਜਦੋਂ ਉਬਾਲਾ ਆ ਗਿਆ ਹੁਣ ਇਹਨੂੰ। ਅਤੇ ਇਹਦੇ 'ਚ ਮੈਂ ਕੱਟਿਆ ਹੋਇਆ ਪਨੀਰ ਪਾ ਦਿੱਤਾ ਅਤੇ ਨਾਲ ਥੋੜ੍ਹਾ ਜਿਹਾ ਕੱਦੂਕਸ ਵੀ ਕਰ ਲੈਣਾ ਪਨੀਰ ਨੂੰ, ਉਹਦੇ ਨਾਲ ਜਿਹੜੀ ਗ੍ਰੇਵੀ ਉਹ ਥੋੜ੍ਹੀ ਥਿੱਕ ਹੋ ਜਾਏਗੀ ਔਰ ਕਾਫੀ ਟੇਸਟੀ ਬਣਿਆ ਸੀ। ਬਸ ਇਹਨੂੰ ਹੁਣ ਦੋ ਕੁ ਮਿੰਟ ਹੀ ਮੈਂ ਚਲਾਇਆ ਸੀਗਾ ਐਵੇਂ ਹੀ, ਅਤੇ ਫਿਰ ਇਸ ਨੂੰ ਢੱਕ ਕੇ ਪਕਾ ਲਾਂਗੇ। ਅੱਜ ਮੇਰੇ ਕੋਲ ਨਾ ਤਾਂ ਹਰਾ ਧਨੀਆ ਸੀਗਾ ਔਰ ਨਾ ਹੀ ਕਸੂਰੀ ਮੇਥੀ ਸੀ, ਹਰਾ ਧਨੀਆ ਵੀ ਨਹੀਂ ਮਿਲ ਰਿਹਾ ਅਤੇ ਫਿਰ ਇਸ ਲਈ ਮੈਂ ਇਹਦੇ 'ਚ ਅੱਜ ਕੁਛ ਵੀ ਨਹੀਂ ਪਾਇਆ। ਅਤੇ ਹੁਣ ਮੈਂ ਇਹਦੇ ਉੱਤੇ ਗਰਮ ਮਸਾਲਾ ਪਾ ਦਿੱਤਾ ਔਰ ਗਰਮ ਮਸਾਲਾ ਪਾ ਕੇ ਬਸ ਇਹਨੂੰ 5 ਮਿੰਟ ਵਾਸਤੇ ਹੀ ਢੱਕਿਆ ਸੀ। ਅਤੇ ਲਓ ਜੀ ਫਿਰ ਇਹ ਸਾਡੀ ਸਬਜ਼ੀ ਵੀ ਤਿਆਰ ਹੈ ਅਤੇ ਰੋਟੀ ਵੀ ਤਿਆਰ ਹੈ, ਅਤੇ ਆ ਜਾਓ ਤੁਸੀਂ ਵੀ ਸਾਰੇ ਟੇਸਟ ਕਰ ਲਓ, ਬਹੁਤ ਟੇਸਟੀ ਬਣਿਆ ਸੀ ਸਾਰਾ ਕੁਝ। ਫਰੈਂਡਸ, ਇਹ ਸੀ ਮੇਰੀ ਅੱਜ ਦੀ ਵੀਡੀਓ। ਮੇਰੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਚਲੋ ਜੀ ਫਿਰ ਮਿਲਾਂਗੇ ਹੁਣ ਕੱਲ੍ਹ ਇੱਕ ਨਵੀਂ ਵੀਡੀਓ ਦੇ ਨਾਲ। ਅੱਜ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।